ओके मैं भेलिया तो आ गया भाई जी। ਐਵੇਂ ਸਰਕਾਰ ਕਰੀ ਜਾਂਦੀ ਹੈ, ਨਸ਼ਾ ਨਹੀਂ ਮਿਲਦਾ, ਨਸ਼ਾ ਨਹੀਂ ਮਿਲਦਾ, ਨਸ਼ਾ 15 ਮਿੰਟਾਂ 'ਚ ਮਿਲ ਜਾਂਦਾ ਇੱਥੇ। ਅਖੇ ਅਸੀਂ ਪੁਲਿਸ ਕਾਰਵਾਈ ਕਰਦੇ ਹਾਂ। ਕਿਹੜੀ ਪੁਲਿਸ ਕਾਰਵਾਈ ਕਰਨੀ ਇਹਨਾਂ ਨੇ? ਇਹ ਕਪੂੜੀ ਰੱਖ, ਸੰਭਾਲ ਕੇ ਰੱਖੀ। ਪੁਲਿਸ ਦੀ ਕਾਰਵਾਈ ਦੀ ਕਦੀ ਗੱਲ ਕਰਦਾ ਵੀਰੇ, ਤੇਰੇ ਪਿੱਛੇ ਠੱਕ 'ਚ ਗੋਲੀ ਮੈਂ ਖਾਊਂ। ਤੂੰ ਬਣਾ ਵੀਰੇ ਯਾਰ, ਬਣਾ ਬਣਾ ਤਾ ਥੋੜ੍ਹਾ ਜਿਹਾ, ਇੱਕ ਮਿੰਟ 'ਚ ਬਣਾ ਦੇਣਾ ਤਗੜਾ, ਟਾਈਮ ਲਾਉਣਾ। ਤਿਆਰ ਕਰੀ ਬੈਠਾ ਮੈਂ, ਚੱਕ ਚੱਕ ਕੰਮ। ਉਹ ਬਾਰਡਰ ਨੀ ਟੱਪਦਾ ਚਿੱਟਾ ਤੇ ਮੁੰਡਾ ਲੁਧਿਆਣੇ ਡੀਕਦਾ। ਸਰਕਾਰ ਕਹਿੰਦੀ ਆ ਚਿੱਟਾ ਬੰਦ ਹੋ ਗਿਆ, ਬੰਦ ਹੋ ਗਿਆ, ਬਾਰਡਰ ਫਿਰ ਵੀ ਟੱਪੀ ਜਾਂਦਾ। ਕਮਲਿਆ, ਜੇ ਚਿੱਟਾ ਬਾਰਡਰ ਨਾ ਟੱਪੇ ਤਾਂ ਆਪਾਂ ਨਾ ਟੱਪ ਜੀਏ। ਤੇ ਜਿਸ ਹਿਸਾਬ ਨਾਲ ਚਿੱਟੇ ਪਿੱਛੇ ਤੁਸੀਂ ਪਏ ਹੋ, ਬੜਾ ਟਾਈਮ ਤੁਸੀਂ ਵੀ ਨਹੀਂ ਕੱਟਦੇ। ਭਾਜੀ ਤੁਸੀਂ ਕੌਣ? ਖਾਕੀ ਪੱਗ ਨਾਲ ਲਾਲ 50 ਕੌਣ ਬੰਦਾ ਹੁੰਦਾ? ਇੱਕ ਆ ਛਤਰ ਮੁਰਗਾ ਜਿਹਾ ਭੱਜਿਆ ਵੱਡੇ ਪਏ ਵੱਲ ਨੂੰ, ਚੱਕ ਲਿਓ। ਅਬ ਤੇਰਾ ਕਿਆ ਹੋਗਾ ਕਾਲੀਆ? ਮੈਨੇ ਆਪਕਾ ਨਮਕ ਖਾਇਆ ਸਰਦਾਰ। ਅਬ ਗੋਲੀ ਖਾ। ਤੁਸੀਂ ਤਾਂ ਬਹੁਤੇ ਫਿਲਮੀ ਹੋ ਜਨਾਬ, ਆਪਾਂ ਮੈਂ ਚੋਰ ਤੂੰ ਸਿਪਾਹੀ ਨਾ ਖੇਡੀਏ। ਭੱਜਣ ਦਾ ਇੱਕ ਮੌਕਾ ਤਾਂ ਮੈਨੂੰ ਵੀ ਦਿਓ ਜਨਾਬ। ਬਾਗ ਮਿਲਖਾ ਬਾਗ। ਜਨਾਬ ਜਨਾਬ ਹੋਰ ਨਹੀਂ ਭੱਜਦਾ ਜੀ, ਆਪਾਂ ਬਹਿ ਕੇ ਗੱਲ ਕਰ ਲੈਂਦੇ ਜੀ। ਜੇ ਮੈਂ ਤੈਨੂੰ ਫੜਨਾ ਹੁੰਦਾ ਉੱਥੇ ਹੀ ਫੜ ਲੈਂਦਾ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਸੀ ਕਿ ਨਸ਼ਾ ਤੁਹਾਨੂੰ ਅੰਦਰੋਂ ਖੋਖਲਾ ਕਿਵੇਂ ਕਰਦਾ। ਭੱਜ ਕੇ 2 ਮਿੰਟ ਕਿਵੇਂ ਸਾਹੋਸਾਈ ਹੋਇਆ। ਚੱਲੀਏ ਠਾਣੇ। ਜਨਾਬ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ, ਮੇਰਾ ਇੱਕ ਬਹੁਤ ਅਜੀਬ ਹਰਕਤ ਹੁੰਦੀ ਹੈ ਜੀ। ਅੱਛਾ, ਇਹੋ ਜਿਹੀ ਕੀ ਹਰਕਤ ਹੁੰਦੀ ਹੈ ਤੇਰੇ ਨਾਲ? ਜਨਾਬ ਜਦੋਂ ਵੀ ਮੈਂ ਨਸ਼ਾ ਛੱਡਣ ਵਾਸਤੇ ਕਿਸੇ ਪਾਸੇ ਸੁੱਟ ਦਿੰਦਾ, ਕਿਸੇ ਕੱਸੀ 'ਚ, ਕਿਸੇ ਟੋਭੇ 'ਚ ਸੁੱਟ ਦਿੰਦਾ, ਪਾਣੀ ਸੁੱਟ ਦਿੰਦਾ, ਇਹ ਆਪਦੀ ਆਪ ਮੇਰੀ ਜੇਬ 'ਚ ਦੁਬਾਰਾ ਆ ਜਾਂਦਾ ਜੀ। ਮੈਨੂੰ ਨਹੀਂ ਪਤਾ ਮੇਰੇ ਨਾਲ ਕਿਉਂ ਹੁੰਦਾ ਜੀ। ਨਾ ਗਾਹਾਂ ਤੂੰ ਜਾਦੂਗਰ ਗੋਗਾ, ਨਾਲੇ ਆਹ ਪੰਜਾਬ ਪੁਲਿਸ ਨਾ ਲੀਡਰਾਂ ਲੁੱਡਰਾਂ ਦੀਆਂ ਗੱਲਾਂ 'ਚ ਆਉਂਦੀ ਆ, ਤੁਹਾਡੇ ਵਰਗਿਆਂ ਨੂੰ ਛਾਂ ਕੇ ਰੱਖ ਦਿੰਦੇ ਅਸੀਂ। ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਜੀ। ਦਿਖਾ। ਹਾਂਜੀ ਹਾਂਜੀ, ਆਹ ਮੈਂ ਸੁੱਟ ਦਿੰਦਾ ਜੀ, 5 ਮਿੰਟਾਂ 'ਚ ਮੇਰੀ ਜੇਬ 'ਚ ਆ ਜਾਣੀ। ਆ ਦੇਖੋ ਜਨਾਬ, ਹਾਂ ਮੈਂ 'ਚ ਪਾਣੀ ਸੁੱਟਣ ਲੱਗਾ ਜੀ, 5 ਮਿੰਟ ਬਾਅਦ ਮੇਰੀ ਜੇਬ 'ਚ ਦੁਬਾਰਾ ਆ ਜਾਣਾ। ਮੈਂ ਝੂਠ ਨਹੀਂ ਬੋਲਦਾ, ਤੁਹਾਨੂੰ ਦਿਖਾ ਦਿੰਦਾ ਜੀ। ਲੈ ਹੋ ਗਏ 5 ਮਿੰਟ, ਦਿਖਾ ਕਿੱਥੇ ਵਾਪਸ ਆਇਆ। ਕੀ ਨਸ਼ਾ? ਕਿਹੜਾ ਨਸ਼ਾ? ਜਿਹੜਾ ਤੇਰੀ ਜੇਬ 'ਚ ਵਾਪਸ ਆ ਜਾਂਦਾ,
ਕਦੋਂ? ਮੈਂ ਕਦੋਂ ਨਸ਼ੇ ਕਰਦਾ ਜੀ? ਕੀ ਗੱਲਾਂ ਕਰਦੇ? ਸਤਿ ਸ਼੍ਰੀ ਅਕਾਲ ਜਨਾਬ। ਪੰਜਾਬ ਪੁਲਿਸ ਨਾਲ ਚਲਾਕੀ ਆ, ਉਹ ਤੇਰੇ ਵਰਗੇ ਰੋਜ਼ ਛੱਤੀ ਚਾਰ ਕੇ ਘਰੇ ਵੜਦਾ ਮੈਂ। ਆ ਹਾਂ ਸੱਚ, ਉਹ ਜਿਹੜੀ ਤੂੰ ਗੱਲ ਕਰਦਾ ਸੀ ਕਿ ਨਸ਼ਾ ਤੇਰੀ ਜੇਬ 'ਚ ਵਾਪਸ ਆ ਜਾਂਦਾ, ਉਹ ਪੰਜਾਬ ਪੁਲਿਸ ਤੋਂ ਡਰ ਗਿਆ ਅਤੇ ਪੰਜਾਬ ਪੁਲਿਸ ਦੀ ਜੇਬ 'ਚ ਵਾਪਸ ਆ ਗਿਆ। ਜਨਾਬ ਤੁਹਾਡੇ ਕੋਲ ਕਿਵੇਂ ਜੀ? ਜਿਹੜਾ ਤੇਰਾ ਯਾਰ ਤੇਰੇ ਪਿੱਛੇ ਸੀਨੇ 'ਤੇ ਗੋਲੀਆਂ ਖਾਣ ਨੂੰ ਫਿਰਦਾ ਸੀ ਨਾ, ਭੱਜਿਆ ਜਾਂਦਾ ਉਹੀ ਸੱਟ ਗਿਆ ਸੀ। ਜਨਾਬ ਬੜਾ